काशवाणी जम्मू है बले खबरें च तुंदा स्वागत पहले खास खास खबरें करने मैं पंकज कोहली केंद्रीय गृह मंत्री अमित शाह ने आख्या जी मोदी सरकार है कुछ बैठेगी रोक्या जम्मू कश्मीर च तारा 370 हटाई जे देखने प्रदेश च अमन रमानदारी ते विकास मुमकिन हो सके रोशनी दा त्यौहार दिवाली धर्म क्षरदा ते रवायती टंगे कने जोश जज्बे का नेमनाया जा करदा है जम्मू कश्मीर च विकसित भारत संकल्प यात्रा 15 नवंबर थमा रामबो आ कर दी है ਯਾਤਰਾ ਦਾ ਮਕਸਦ ਭਾਰਤ ਕੀ 2047 ਤੱਕ ਇੱਕ ਵਿਕਸਤ ਦੇਸ਼ ਬਣਾਉਣ ਦੇ ਤੈਅ ਹੈਗੀ ਪੱਕਾ ਕਰਨਾ ਹੈ ਜੰਮੂ ਸੰਭਾਗ ਦੇ ਸ਼ਹਿਰਾਂ ਚ ਚੱਲਣ ਵਾਲੀਆਂ 75E ਬਸਾਂ ਦਾ ਨਵਾਂ ਮੀੜਾ ਟੋਲਿੰਗ ਹੈ ਸੜਕਾਂ ਪਰ ਤਵਾਰ ਦਿੱਤਾ ਜਾਗ ਇਹ ਦੇ ਕਨੇ ਸ਼ਹਿਰਾਂ ਦੇ ਲੂਕੇਗੀ ਪਰਿਆਵਰਣ ਅਨੁਕੂਲ ਯਾਤਰਾ ਸੁਵਿਧਾ ਆਸਲ ਹੋਗ ਖਬਰਾਂ ਦੀ ਤਫਸੀਲ ਕਰਨੇ ਪੂਜਾ ਵਜ਼ੀਰ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਹੋਰਿਆਂਖਿਆ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਚ ਅਗੇ ਦੇਸ਼ ਚ ਕੁਸ ਪੈਠੀਆਂ ਕੀ ਰੋਕਣ ਦੀ ਹਿੰਮਤ ਹੈ ਐਸਾ ਕਰਨਾ ਕਾਂਗਰਸ ਤੇ ਵਿਪਖਸ਼ ਦਲ ਦੇ ਨੇਤਾਆਂ ਵਾਸਤੇ ਮੁਮਕਿਨ ਨਹੀਂ ਹੈ मध्य प्रदेश धार जिले च मानवर एक जनसभा की संबोधित करते हुए गृहमंत्री जे मोदी सरकार ने ग जम्मू कश्मीर धारा त्रै सौ सत्तर हटाई है उन्हें आख्या जे कांग्रेस ने मध्य प्रदेश कई कल्याण योजना बंद करवाई दी जिच तीर्थ दर्शन योजना भी शामिल ही उन्हें आख्या कॉग्रेस ने जनहित यह स्कीम दो हजार अठारह के चुनाए बाद बंद करी जिसलै पंद्रह महीने तीन सत्ता च आई ही ਕੇਂਦਰੀ ਮੰਤਰੀ ਜੀਤेंद्र ਸਿੰਘੂ ਨੇ ਆਖਿਆ ਜੇ ਕੇਂਦਰੀ ਸਰਕਾਰ ਗਰਾਹਾਂ ਤੇ ਪਿਛਲੇ ਇਲਾਕੇ ਦੇ ਵਿਕਾਸਾਸਤੇ ਵਚਨਬੱਧ ਹੈ ਮੰਤਰੀ ਹੋਰੇ ਕਿਸ਼ਤਵਾਰ ਦੇ ਗੁਲਾਬਗੜ ਪਾਰਡਰ ਚ ਇੱਕ ਖਾਸ ਮੈਡੀਕਲ ਤੇ ਵੈਟਰਨਰੀ ਕੈਂਪ ਦੇ ਉਦਘਾਟਨ ਦੌਰਾਨ ਆਖਿਆ ਜੇ ਕਿਸ਼ਤਵਾਰ ਉੱਤਰ ਭਾਰਤ ਦੇ ਪਾਵਰ ਹੱਬ ਦੇ ਰੂਪ ਚ ਜਲਦਗੇ ਉਭਰਗ ਜੇਦੀ ਖਮਤਾ 6000 ਮੈਗਾਵਾਟ ਬਿਜਲੀ ਪੈਦਾ ਕਰਨਾ ਹੋਗ ਉਹਨੇ ਆਖਿਆ ਜੇ ਉਡਾਂਸ ਯੋਜਨਾ ਤਹਿਤ ਜਲਦਗੇ ਕਿਸ਼ਤਵਾਰ 에어ਪੋਰਟ ਦਾ ਕੰਮ ਸ਼ੁਰੂ ਕੀਤਾ ਜਾਵੇ ਖੁਸ਼ਹਾਲੀ ਤੇ ਲੋਹ ਦਾ ਤਿਹਾਰ ਦੀਵਾਲੀ ਅੱਜ ਪੂਰੇ ਦੇਸ਼ 'ਚ ਰੀਤੀ ਰਿਵਾਜ ਤੇ ਮਤੇ ਜਜ਼ਬੇ ਕਰਨੇ ਮਨਾਇਆ ਜਾਂਦਾ ਹੈ ਬੁਰਾਈ ਪਰ ਅਛਾਈ ਦੀ ਜਿੱਤ ਦਾ ਪ੍ਰਤੀਕ ਇਹ ਤਿਹਾਰ ਘਰੇ ਮੰਦਰੇ ਤੇ ਦੂਏ ਥਾਰੇ ਕੀ ਰੋਸ਼ਨ ਕਰੀਏ ਮਨਾਇਆ ਜਾਂਦਾ ਹੈ ਇਸ ਦਿਨ ਦੇਵੀ ਲక్ష్ਮੀ ਜੀ ਦੀ ਖਾਸ ਉਪਾਸਨਾ ਵੀ ਕੀਤੀ ਜਾਂਦੀ ਹੈ ਦੇਸੇ ਦੇ ਹੋਰ ਨੇ ਇਸੇ ਅੰਗਰ ਅੱਜ ਜੰਮੂ ਕਸ਼ਮੀਰ ਚ ਵੀ ਰੋਸ਼ਨੀ ਦਾ ਤਿਹਾਰ ਦੀਵਾਲੀ ਧਾਰਮਿਕ ਸ਼ਰਧਾ ਜੋਸ਼ ਜਜ਼ਬੇ ਤੇ ਰਿਆਤੀ ਟੰਗੇ ਕੰਨੇ ਮਨਾਇਆ ਜਾਂਦਾ ਹੈ ਦਿਵਾਲੀ ਦੇ ਮੌਕੇ ਪਰ ਸ਼ਹਿਰ ਦੇ ਬਾਜ਼ਾਰ ਤੇ ਲੋਕਾਂ ਦੀ ਮਤੀ ਭੀੜ ਦਿਖਣੇ ਕੀ ਲੱਭੀ ਮਠਾਈਆਂ ਤੇ ਹੋਰ ਨੇ ਚੀਜ਼ੇ ਸਜਾਵਟੀ ਸਮਿਆਂ ਦੀ ਦੁਕਾਨੇ ਪਰ ਲੋਕਾਂ ਦੀ ਮਤੀ ਭੀੜ ਦਿਖਣੇ ਕੀ ਲੱਭੀ ਅੱਜ ਬੜਲੇ ਮੂਹ ਨੇ ਰੇ ਥਮਾ ਗੇ ਲੋਕ ਭਗਵਾਨ ਸ਼੍ਰੀ ਰਾਮ ਤੇ ਮਾਤਾ ਲక్ష్ਮੀ ਦੇ ਮੰਦਿਰੇ ਚ ਜਾਈਏ ਪੂਜਾ ਅਰਚਨਾ ਕਰਾਰ ਦੇਣ ਸਰਕਾਰ ਪਾਸਯਾ ਇਕੋ ਫ੍ਰੈਂਡਲੀ ਦਿਵਾਲੀ ਮਨਾਉਣੇ ਦੀ ਅਪੀਲ ਦਾ ਅਸਰ ਵੀ ਦਿਖਣੇ ਕੀ ਲੱਭਰਦਾ ਹੈ ਤੇ ਲੋਕਾਂ ਦਾ ਗਲਾਨਾ ਹੈ ਜੇ ਉਹ ਦੀਏ ਬਾਲੀਏ ਬੀਜਨ ਪ੍ਰਦੂਸ਼ਣ ਵਾਲੀ ਦਿਵਾਲੀ ਮਨਾੰਗਣ ਉਪਰਾਜਪਾਲ ਮਨੋਚਿਨਾਵਰੇ ਲੋਕਾਂ ਕੀ ਦਿਵਾਲੀ ਦੇ ਪਾਵਨ ਤਿਹਾੜੀ ਦੀ ਸ਼ੁਭਕਾਮਨਾਇ ਦਿੱਤੀਆਂ ਨੇ ਆਪਣੇ ਸਨੇਚੂ ਨੇ ਆਖਿਆ ਜੇ ਇਹ ਤਿਹਾੜ ਸਾਰੇ ਧਰਮੇ ਤੇ ਸੰਸਕ੍ਰਿਤੀਆਂ ਦਾ ਪਿਆਰ ਤੇ ਖੁਸ਼ਹਾਲੀ ਵੰਡਨੇ ਤੇ ਰੋਸ਼ਨੀ ਦਾ ਤਿਹਾੜ ਹੈ ਦਿਵਾਲੀ ਪਰ ਬਲਨੇ ਵਾਲੇ ਦੀਏ ਅਗਿਆਨ ਦਾ ਨਾਸ਼ ਸਚਾਈ ਦੀ ਬੁਰਾਈ ਪਰ ਤੇ ਨਿਰਾਸ਼ਾ ਪਰ ਆਸ਼ਾ ਦੀ ਜਿੱਤ ਦਾ ਪ੍ਰਤੀਕ ਹੈ ਇਹ ਜਗਮਗਾਉਂਦੇ ਦੀਏ ਸਾਨੂੰ ਜ਼ਿੰਦਗੀ ਚ ਮੁਸ਼ਕਲੇ ਭਰੇ ਅੰਧੇਰੇ ਕੰਨੇ ਲੜਨੇ ਦੀ ਪ੍ਰੇਰਨਾ ਦਿੰਦੇ ਹਨ ਉਪਰਾਜ ਪਾ ਲੋਰੇ ਕਾਮਨਾ ਕੀਤੀ ਹੈ ਜੇ ਇਹ ਖਾਸ ਦਿਹਾੜਾ ਸਾਰੇ ਆਸਤੇ ਖੁਸ਼ਹਾਲੀ ਖੁਸ਼ੀਆਂ ਲਿਆਏ ਤੇ ਸਾਰੇ ਆਪਣੀ ਜ਼ਿੰਦਗੀ ਚ ਵਿਕਾਸ ਦੇ ਰਸਤੇ ਪਰ ਅੱਗੇ ਵਧਣ ਉੱਤਰ ਪ੍ਰਦੇਸ਼ ਦੀ ਅਯੋਧਿਆ 'ਚ ਆਯੋਜਿਤ ਅਯੋਧਿਆ ਦੀਪੋਤਸਵ ਨੇ ਕੱਲ 22 ਲੱਖ ਦੀਵੇ ਬਾਲੀਏ ਵਿਸ਼ਵ ਰਿਕਾਰਡ ਬਣਾਇਆ। ਅਯੋਧਿਆ ਦੇ ਕੁੰਝਾ ਘਾਟੇ ਸਮੇਤ ਰਾਮ ਕੀ ਪੈੜੀ ਪਰ 22 ਲੱਖ 3000 ਕੋਲਾ ਮਤੇ ਦੀਵੇ ਦੀਪੋਤਸਵ ਪਰ ਬਾਲੇ ਗਏ। ਜੰਮੂ ਕਸ਼ਮੀਰ ਸਟੇਟ ਟੈਕਸ ਵਿਭਾਗ ਨੇ ਜ਼ਿਲ੍ਹਾ ਉਪਾਇਕ ਤਰਫੋਂ ਕਾਨੂੰਨ ਲਾਗੂ ਕਰਨ ਸਰਬੰਧ 'ਚ ਆਖਿਆ ਹੈ ਜੇ ਉਹਦਾ ਵਿਭਾਗ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਵਿਸ਼ਵ ਕਰਮੀਆਂ ਦਾ ਸਹਿਯੋਗ ਕਰਦਾ ਹੈ। ਇਸ ਪਹਿਲ ਦੇ ਤਹਿਤ ਹੱਥੂ ਬਣਾਈਏ ਦੀਆਂ ਚੀਜ਼ਾਂ ਦੇ ਵਧਾਵੇ ਵਾਸਤੇ ਪੰਜ ਸਟਾਲ ਲਾਏ ਗਏ ਦਿਨ ਡੀਸੀ ਐਨਫੋਰਸਮੈਂਟ ਸਟੇਟ ਟੈਕਸੀਜ਼ ਰਿਤੂ ਮਾਜਨੋਰੀਆ ਆਕਾਸ਼ਵਾਨੀ ਜੰਮੂ ਕੀ ਦੱਸਿਆ ਜੇ ਆਨੇ ਹਾਲੀ ਨਸਲ ਦੀ ਪ੍ਰਗਤੀ ਤੇ ਇਕੋ ਫ੍ਰੈਂਡਲੀ ਯਾਨੀ ਪਰਿਆਵਰਣ ਕੀ ਧਿਆਨ ਚ ਰੱਖੇ ਤਿਹਾਰ ਮਨਾਣੇ ਦੇ ਸਨੇਕੰਨੇ ਉੰਦਾ ਵਿਭਾਗ ਗੋਦ ਗੋਬਰ ਕੰਨੇ ਬਣਾਏ ਗਏ ਦੇ ਦੀਏ ਦਾ ਪ੍ਰਚਾਰ ਕਰਦਾ ਹੈ ਮਹਿਲਾ ਉਦਮੇ ਕੀ ਵੀ ਸਹਿਯੋਗ ਕੀਤਾ ਜਾਂਦਾ ਹੈ ਤੇ ਉੰਦੇ ਤਿਆਰ ਕੀਤੇ ਗਏ ਸੂਟ ਦੀਏ ਤੇ ਮੋਮਬਤੀਆਂ ਕੀ ਵੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਬਾਕੀ ਦੀਆਂ ਖਬਰੇ ਕਰਨੇ अंकज कोहली विकसित भारत संकल्प यात्रा ਦਾ ਪਹਿਲਾ ਗੇੜ ਜੰਮੂ ਕਸ਼ਮੀਰ ਚ 15 ਨਵੰਬਰ თਮਾ ਅਰਜੌਰੀ ਤੇ ਬਾਂਦੀਪੋਰਾ ਜ਼ਿਲ੍ਹੇ ਦੇ ਬਰਫ਼ੀਲੇ ਜਨਜਾਤੀਏ ਇਲਾਕੇ ਠਮਾ ਰੰਭਵਾ ਕਰਦਾ ਪ੍ਰਦੇਸ਼ ਦੇ ਬਾਕੀ ਜ਼ਿਲ੍ਹੇ ਚ ਇਹ ਯਾਤਰਾ 20 ਨਵੰਬਰ თਮਾ ਰੰਭ ਕੀਤੀ ਜਾਕ ਮੁੱਖ ਸਚਿਵ ਡਾਕਟਰ ਅਰਣ ਕੁਮਾਰ ਮੈਤਾ ਹੋਰੇ ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਕੀਤੀ ਜਾਕਰ ਦੀਏ ਤਿਆਰੀਆਂ ਦੀ ਕੱਲ ਸਮੀਖਿਆ ਕੀਤੀ ਤਹਿ ਕਾਰਜਕ੍ਰਮ ਮੁਤਾਬਕ ਯਾਤਰਾ ਰਜੌਰੀ ਤੇ ਬਾਂਦੀਪੋਰਾ ਜ਼ਿਲ੍ਹੇ ਦੇ ਬੁੱਦਲ ਤੇ ਗੁਰੇਜ਼ ਦੇ ਜਨਜਾਤੀਏ ਇਲਾਕੇ ਠਮਾ ਸ਼ੁਰੂ ਹੋਗੋ ਇਲਾਕੇ 'ਚ ਹਲਕੇ ਥਮਾਂ ਦਰਮਿਆਨੇ ਦਰਜੇ ਦੀ ਬਰਫਬਾਰੀ ਦੀ ਪੇਸ਼ੰਗ ਹੋਈ ਗਈ ਧਿਆਨ 'ਚ ਰੱਖਦੇ ਹੋਈ ਮੁੱਖ ਸਚਿਵ ਹੋਰ ਇਹ ਜਨਜਾਤੀਏ ਮਾਮਲੇ ਸਰਬੰਧੀ ਮਹਿਕਮੇ ਦੇ ਪ੍ਰਸ਼ਾਸਨਿਕ ਸਚਿਵ ਤੇ ਮੁਤਲਕਾ ਡੀਸੀ ਇਹ ਆਖਿਆ ਹੈ ਕਿ ਉਹ ਯਾਤਰਾ ਦੇ ਰਸਤੇ ਦੀ ਖੀਰੀ ਰੂਪ ਦੇਈਏ ਇਹਦੇ ਸੁਚਾਰੂ ਢੰਗੇ ਸਿਰ ਸੰਚਾਲਨ ਦੀ ਯਕੀਨੀ ਬਣਾਉਣ ਲਈ ਸਭੇ ਲੋਚ ਦੇ ਬੰਦੋਬਸਤ ਕਰੀ ਦੇਣ ਇਸ ਯਾਤਰਾ ਦਾ ਮਕਸਦ 2047 ਅਗਰ ਇੱਕ ਵਿਕਸਿਤ ਭਾਰਤ ਲਈ तैये की तस्दीक करने के कन्क बक केंद्र प्रायोजित जीज़ स्कम जे आयुष्मान भारत पीएम गरीब कल्याण अन्न योजना पीएम आवास योजना पीएम उज्ज्वला योजना पीएम किसान सम्मान जल जीवन मिशन जनधन योजना अटल पेंशन योजना किसान क्रेडिट कार्ड पीएम प्रणाम पीएम पोषण अभियान सनेमें थ ला ठोने लिए आम लोगों इंत बारे जागरूक करना है ਪਾਰ ਸਰਕਾਰ ਬੀਹ ਦਿਨਾਂ ਚ ਜੰਮੂ ਕਸ਼ਮੀਰ ਦੀਆਂ 4291 ਪੰਚਾਇਤਾਂ ਕੀ ਕਵਰ ਕਰਨੇ ਆਸਤੇ 107 ਮੋਬਾਈਲ ਆਈਈਸੀ ਗੱਡੀਆਂ ਦੇਆ ਕਰਦੀ ਹੈ ਇਹ ਯਾਤਰਾ 78 ਸ਼ਹਿਰਾਂ ਥਾਂ ਗੁਜਰੋ ਆਲਿਸਗਰ ਜੰਮੂ ਕਸ਼ਮੀਰ ਆਜ਼ਾਦੀ ਦਾ ਅਮਰਤ ਮਹੋਤਸਵ ਕਾਰਜਕ੍ਰਮ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਚ ਸ਼ਾਮਲ ਹਾ ਜਿੱਥੇ ਉਸੀ ਬਿਹਤਰੀਨ ਕਾਰਗਰਦੀਦਸ ਨੇ ਅਲਾ ਪ੍ਰਦੇਸ਼ ਕੋਸ਼ਿਤ ਕੀਤਾ ਗਿਆ ਜੰਮੂ ਸ਼ਹਿਰਾ ਚ ਲੋਕਾਂ ਦੀ ਯਾਤਰਾਗੀ ਹੋਰ ਮਤਾ ਸਖੱਲਾ ਬਣਾਉਣੇ ਬਖੀ ਕਰੇ ਕੋਠੇ ਤੇ ਸ਼ਹਿਰੀ ਵਿਕਾਸ ਮੈਕਮੇ ਦੇ ਪ੍ਰਿੰਸੀਪਲ ਸਚਿਵ ਪ੍ਰਸ਼ਾਂਤ ਗੋਇਲ ਹੋਰੇ ਐਲਾਨ ਕੀਤਾ ਹੈ ਜੇ ਖਿੱਤੇ ਦੇ ਸ਼ਹਿਰਾ ਚ ਚਲਾਣੇ ਆਸਤੇ ਈ ਬਸੇ ਦਾ ਇੱਕ ਔਰ ਬੇੜਾ ਤਿਆਰ ਹੈ ਜਿਹੜਾ ਇਸ ਇਲਾਕੇ ਚ ਤੌਲੇਂਗਾ ਸੜਕਾਂ ਪਰ ਤਵਾਰੀ ਦਿੱਤਾ ਜਾ ਜੰਮੂ ਚਪਗਵਤੀ ਨਗਰ ਦੇ ਆਪਣੇ ਦੌਰੇਦਾਰਾਂ ਨੂੰ ਨੇ ਈ ਬਸੇ ਲਈ ਬਣਾਇਆ ਜਾਕਰ ਦੇ ਸਟੈਂਡ ਦੇ ਸਰਬੰਦੇ ਚ ਜਾਣਕਾਰੀ ਦਿੱਤੀ ਗੋਇਲ ਹੋਰੇ ਇਸ ਬਰੇ ਦਾ ਖੀਰੇ ਤਗਰ ਸ਼ਹਿਰਾ ਦੇ ਬਾਕਬਾਕ ਰੂਟੇਂ ਪਰ ਈ ਬਸੇਂਗੀ ਚਲਾਈ ਜਾਣੇ ਦੀ ਯੋਜਨਾ ਬਾਰੇ ਵੀ ਖੁਲਾਸਾ ਕੀਤਾ ਆਕਾਸ਼ਵਾਣੀ ਜੰਮੂ ਕਨੇ ਗਾਲ ਕਰਦੀ ਹੋਈ ਮੈਕਮ ਦੇ ਪ੍ਰਿੰਸੀਪਲ ਸਚਿਵ ਪ੍ਰਸ਼ਾਂਤ ਗੋਇਲ ਹੋਰੇ ਆਖਿਆ पिछहत्तर बस आ चुकी हैं ऑलमोस्ट रेडी है टू लॉन्च जम्मू के रेजिडेंट्स को काफी फायदा होगा एक डिसिप्लिन मैनर में बसेस चलेंगी कंफर्टेबल बसेस हैं कन्वीनियंट मतलब पब्लिक आवर्स पूरे कवर करेगी अर्ली मॉर्निंग टू लेट नाइट और बाद में इंटरसिटी भी शुरू करी जाएंगी जिसके लिए बारह मीटर बस और आएंगे इंटरसिटी बस अभी हमारे हफ्ते दस दिन के अंदर शुरू हो जाएंगी और इंटरसिटी बस भी हम इस साल के आखिर तक शुरू करने की उम्मीद रख रहे हैं ਸਾਲਾਨਾ ਚੜੀ ਮੇਲਾ 26 ਨਵੰਬਰ ਦੀ ਰਾਂਭ ਹੋਆ ਕਰਦਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਸਚਿਨ ਕੁਮਾਰ ਵੈਸ਼ੇ ਹੋਰੇ ਕੱਲ ਬਾਬਾ ਜਿੱਤੋ ਦੀ ਧਾਰਮਿਕ ਥਾਰੇ ਦਾ ਦੌਰਾ ਲਾਇਆ ਤੇ ਮੇਲੇ ਦੇ ਆਯੋਜਨ ਲਈ ਕੀਤੀ ਜਾ ਕਰਦੀ ਹੈ ਤਿਆਰੀਆਂ ਦਾ ਜਾਇਜ਼ਾ ਲੈਟਾ ਉਹਨੇ ਅਫਸਰਾਂ ਦੀ ਸ਼ੜਕ ਦੀ ਮਰੰਮਤ ਪੀਣੇ ਦੇ ਸਾਫ਼ ਪਾਣੀ ਸ਼ੌਚਾਲਯ ਸੁਰੱਖਿਆ ਤੇ ਪਾਰਕਿੰਗ ਦੀਆਂ ਸੁਵਿਧਾਵਾਂ ਦੀ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਯਕੀਨੀ ਬਣਾਉਣੇ ਦੇ ਨਿਰਦੇਸ਼ ਦਿੱਤੇ ਸਚਿਨ ਕੁਮਾਰ ਵੈਸ਼ਿਆ ਔਰ ਮਕਾਮੀ ਆਯੋਜਕ ਕਮੇਟੀਆਂ ਦੇ ਮੈਂਬਰਾਂ ਕਨੇ ਵੀ ਮਿਲੇ ਤੇ ਉਹਨਾਂ ਦੀ ਸਰਕਾਰ ਤਰਫਾ ਪੂਰਾ ਸਹਿਯੋਗ ਦਵਾਨੇ ਦਾ ਭਰੋਸਾ ਦਵਾਇਆ ਮੇਲਾ 5 ਦਸੰਬਰ ਦੀ ਮੁਕੰਮਲ ਹੋਈ ਜਾਗ ਲੈਫਟੀਨੈਂਟ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਪਟਨਾਗਰ ਹੋਰ ਨੇ ਕੱਲ ਸਿਵਲ ਸਚਿਵਾਲਿਆ ਜੰਮੂ ਵਿੱਚ ਜੰਮੂ ਕਸ਼ਮੀਰ ਦਸਤਕਾਰੀ ਨਿਗਮ ਤੇ ਜੰਮੂ ਕਸ਼ਮੀਰ ਅਧਿਕਾਰੀ ਵਿਕਾਸ ਨਿਗਮ ਦੇ ਸੰਯੁਕਤ ਨਿਦੇਸ਼ਕਾਂ ਕੰਨ ਲੱਗੀ ਦੀ ਬੈਠਕ ਦੀ ਪ੍ਰਧਾਨਤਾ ਕੀਤੀ ਬੈਠਕ ਚ ਬੋਲਦੇ ਹੋਏ ਸ਼੍ਰੀ ਪਟਨਾਗਰ ਹੋਰ ਨੇ ਦੋਨੇ ਨਿਗਮਾਂ ਦੇ ਅਫਸਰਾਂ ਨੂੰ ਗਿਲਾਇਆ ਜੇ ਉਹ ਮੌਜੂਦਾ ਸੰਸਾਧਨਾਂ ਦਾ ਇਸਤੇਮਾਲ ਕਰੀਏ ਸਰਦਾਰ ਰਾਜਸਵ ਕਿਠਾ ਕਰਨ ਲਈ ਤਾਂਦੇਈ ਕਰਨੇ ਕੰਮ ਕਰਨ ਉਨੇ ਦੋਨੇ ਨਿਗਮ ਦੇ ਪ੍ਰਬੰਧਨ ਪਰ ਜੰਮੂ ਕਸ਼ਮੀਰ ਦੀ ਦਸਤਕਾਰੀ ਅਤੇ ਖੱਡੀ ਤੇ ਰਵਾਇਤੀ ਚੀਜ਼ਾਂ ਬਸਤੰਗੀ ਬਾਜ਼ਾਰਾਂ ਤੋਂ ਢੋਲੀ ਪਜਾਣ ਲਈ ਰਣਨੀਤੀ ਤਿਆਰ ਕਰਨੇ ਪਰ ਵੀ ਜ਼ੋਰ ਭਰਿਆ ਤਾਂ ਜੀ ਨੇ ਚੀਜ਼ਾਂ ਦੀ ਅਸਰਦਾਰ ਟੰਗੇ ਕਨੇ ਖਰੀਦ ਫਰੋਖਤ ਕੀਤੀ ਜਾ ਸਕੈ ਉਨੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਇਆ ਕਿ ਆਖਿਆ ਜੇ ਉਹ ਐਸੀਆਂ ਚੀਜ਼ਾਂ ਬਸਤੰਗੀ ਵੇਚਣ ਤੋਂ ਮਾਪਰੇਜ ਕਰਨ ਜਿਹੜੀਆਂ ਜੰਮੂ ਕਸ਼ਮੀਰ ਚ ਨਹੀਂ ਬਣਦੀਆਂ ਅਰਜੋਰੀ ਦੇ ਡੀਸੀ ਵਿਕਾਸ ਕੁੰਡਲ ਹੋਣ ਸਰਕਾਰੀ ਮੈਡੀਕਲ ਕਾਲਜ ਦੇ ਸਰਬੰਦਿਤ ਹਸਪਤਾਲ ਦਾ ਦੌਰਾ ਲਾਈਏ ਨਵੀਂ ਤਿਆਰ ਕੀਤੀ ਗਈ ਦੀ 180 ਬਿਸਤਰੇ ਦੀ ਸਹੂਲਤ ਦਾ ਜਾਇਜ਼ਾ ਲਟਾ ਸਿਹਤ ਸਰਬੰਧਿਤ ਜ਼ਰੂਰਤਾਂ ਵਿੱਚ ਇਜ਼ਾਫੇ ਕੀ ਦਿਖਦੇ ਹੋਈ ਇੱਕ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ ਜਿਹਦੇ ਚ ਲੋਕਾਂ ਵਾਸਤੇ ਦੂਮਤਵੇ ਵਾਲੇ ਸੇਤ ਸੀਗੇ ਅੱਖਾਂ ਤੇ ਕੈਂਸਰ ਦਾ ਇਲਾਜ ਕੀਤਾ ਜਾ ਇਸ ਨਵੀਂ ਸਹੂਲਤ ਕਨੇ ਹਸਪਤਾਲ ਚ ਕੁੱਲ ਬਿਸਤਰੇ ਦੀ ਛਮਤਾ 500 ਹੋ ਗਈ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਕੰਮੇ ਕਾਰਵਾਈਆਂ ਦੀ ਅਮਲਾਬਰੀ ਤੇ ਤਰੱਕੀ ਦਾ ਜਾਇਜ਼ਾ ਲੈਣ ਲਈ ਡੋਡਾ ਚ ਡੀਸੀ ਅਰਵਿੰਦਰ ਸਿੰਘ ਗੁੰਦੀਪਰ ਦਾ ਅੰਤਰਾਜ ਸਰਬੰਦਤ ਮੈਕਮੇਦਿਆਪਸਰੇ ਕਨੇ ਇੱਕ ਬੈਠਕ ਲਗੀ ਇਸ ਮੌਕੇ ਡੀਸੀ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਜੇ ਨਗਰ ਪੰਰਿਸ਼ਦ ਡੋਡਾ ਸਨੇ ਪਦਰਵਾ ਤੇ ਠਾਟਰੀ ਦੀਆਂ ਦੋਨੇ ਮਨਿਸਪਲ ਕਮੇਟੀਆਂ ਚ 1046 ਸ਼ਾ ਬੱਧ ਕਰੇ ਨਿਰਮਾਣ ਦਾ ਬਕਵਾ ਕਿਸਾ ਪੂਰਾ ਕਰੇ ਲਾਤੇ ਦਾ ਇਸ ਗੱਲ ਆ ਕਿ ਨੇ ਸ਼੍ਰੀ ਵੀ ਅਫਗਤ ਕਰਵਾਇਆ ਗਿਆ ਜੇ ਜ਼ਿਲ੍ਹੇ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਇਲਾਕਾ ਕਾਰੀਏਂ ਕੀ ਹੁੰਦੇ ਘਰਾਂ ਦੇ ਨਿਰਮਾਣ ਵਾਸਤੇ ਪਹਿਲੀ ਦੂਈ ਤੇ ਤ੍ਰੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਡੀਸੀ ਔਰੇਂਗੀ ਦੱਸਿਆ ਗਿਆ ਜੇ ਕਾਨੂੰਨੀ ਕਾਰਵਾਈ ਕਰਨੇ ਪ੍ਰੰਤ ਅਸਲ ਲਾਭਾਰਤੀਆਂ ਦੇ ਖਾਤੇ ਚ ਅਜਨ ਟੋੜੀ 16.50 ਕਰੋੜ ਦੀ ਰਕਮ ਤਕਸੀਮ ਕਰ ਦਿੱਤੀ ਗਈ ਹੈ ਤਖੀਰ ਚ ਖਾਸ ਖਾਸ ਖਬਰਾਂ ਇੱਕ ਬਰੀ ਪਰਤੀ केंद्रीय गृह मंत्री अमित शाह और हो मोदी सकसपैठिए रोक जम्मू कश्मीर च धारा त्रै सौ सत्तर हटाई जो प्रदेश अमन रमानदारी विकास मुमकिन हो सोशनी त्योहार दियली धार्मिक श्रद्धा से रिवायती ढंगे जोश जज्बे पूरे देश मनाया जा रहा है जम्मू कश्मीर विकसित ਭਾਰਤ ਸੰਕਲਪ ਯਾਤਰਾ 15 ਨਵੰਬਰ ਤੋਂ ਮੰ ਰੰਭ ਉਹ ਆ ਕਰਦੀ ਹੈ ਯਾਤਰਾ ਦਾ ਮਕਸਦ ਭਾਰਤ ਕੀ 2047 ਤੱਕ ਇੱਕ ਵਿਕਸਿਤ ਦੇਸ਼ ਬਣਾਉਣ ਦੇ ਤੇਈਏਗੀ ਪੱਕਾ ਕਰਨਾ ਹੈ ਤੇ ਜੰਮੂ ਸੰਭਾਗ ਦੇ ਸ਼ਹਿਰਾਂ ਚ ਚੱਲਣ ਵਾਲੀ 75 ਈ ਬਸੇ ਦਾ ਨਵਾਂ ਬੇੜਾ ਤੋਲੇਗੇ ਛਿੜਕੇ ਪਰ ਤਵਾਰੀ ਦਿੱਤਾ ਜਾ ਜਿਹਦੇ ਕੰਨੇ ਸ਼ਹਿਰੇ ਦੇ ਲੋਕਾਂ ਕੀ ਪਰਿਆਵਰਣ ਅਨੁਕੂਲ ਯਾਤਰਾ ਸੁਵਿਧਾ ਆਸ ਲੋਖ ਖਬਰੇ ਦੇ ਇਸ ਬੁਲੇਟਿਨ ਚ ਬਸ ਇੰਨਾ ਗੇ